ਆਏ ਹੋ ਅਤੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ? ਸਭ ਤੋਂ ਪਹਿਲਾਂ ਤਾਂ ਆਪਣਾ ਵਿਰਸਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੋਨੀ ਸੂਫੀ ਵੱਲੋਂ ਸਤਿ ਸ਼੍ਰੀ ਅਕਾਲ, ਜੈ ਮਾਤਾ ਦੀ। ਬਹੁਤ ਅੱਛਾ ਮਹਿਸੂਸ ਕਰ ਰਹੇ ਕਿਉਂਕਿ ਮੈਂ ਇੱਥੇ ਥਰਡ ਟਾਈਮ ਪਰਫੋਰਮ ਕਰ ਰਿਹਾ ਅਤੇ ਲਾਸਟ ਈਅਰ ਵੀ ਅਸੀਂ ਪਰਫੋਰਮ ਕੀਤਾ ਸੀ। ਬਹੁਤ ਹੀ ਵਧੀਆ, ਬਹੁਤ ਅੱਛੇ ਸੁਣਕਾਰ ਨੇ, ਬੜੇ ਅੱਛੇ ਸਰੋਤਾ ਨੇ, ਸਮਝਦਾਰ, ਅੱਛੀ ਸੂਝ ਰੱਖਣ ਵਾਲੇ ਬੰਦੇ ਨੇ ਅਤੇ ਗਾਉਣ ਦਾ ਵੀ ਸਾਨੂੰ ਮਜ਼ਾ ਆਉਂਦਾ। ਜੀ ਬਿਲਕੁਲ ਜੀ। ਸਰ, ਜੇਕਰ ਗੱਲ ਕਰੀਏ ਗਾਇਕੀ ਦੀ ਤਾਂ ਸੂਫੀ ਆਨਾ ਤੁਹਾਡੇ ਨਾਮ ਦੇ ਪਿੱਛੇ ਸੂਫੀ ਲੱਗਦਾ ਹੈ, ਕਿਸ ਤਰ੍ਹਾਂ ਦਾ ਰੰਗ ਜਿਹੜਾ ਇਸ ਵਾਰ ਸਾਡੀ ਪਠਾਨਕੋਟ ਦੀ ਸੰਗਤ ਔਰ ਜਿੰਨੀ ਵੀ ਆਲ ਓਵਰ ਵਰਲਡ ਦੇ ਵਿੱਚ ਆਪਣਾ ਵਿਰਸਾ ਦੇਖ ਰਹੀ ਹੈ ਉਹਨਾਂ ਨੂੰ ਦੇਖਣ ਨੂੰ ਮਿਲੇਗਾ? ਜੀ, ਲਾਸਟ ਈਅਰ ਵੀ ਅਸੀਂ ਕੁਛ ਭੇਟਾਂ 'ਤੇ ਅਸੀਂ ਗਾਉਂਦੇ ਹਾਂ ਅਤੇ ਜਿਹੜਾ ਨਾਮ ਸਾਡੇ ਵਿੱਚ ਰੱਖਿਆ ਗਿਆ ਸੂਫੀ, ਉਹਨੂੰ ਬਰਕਰਾਰ ਰੱਖਦੇ ਹੋਏ ਲਾਸਟ ਈਅਰ ਵੀ ਅਸੀਂ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਸੀ ਜਿਹੜੀ ਸਾਧਕ ਸਾਹਿਬ ਦੀਆਂ ਕਲਮ ਤੋਂ ਲਿਖੀਆਂ ਹੋਈਆਂ। ਕੁਝ ਚੰਗੇ ਅਮਲਾਂ ਦਾ ਮੁੱਲ ਉੱਥੇ ਪੈਣਾ, ਦੌਲਤਾਂ ਨਹੀਂ ਕੰਮ ਆਉਣੀਆਂ, ਤੇਰਾ ਕੁਝ ਵੀ ਜਹਾਨ 'ਤੇ ਨਹੀਂ ਰਹਿਣਾ, ਦੌਲਤਾਂ ਨਹੀਂ ਕੰਮ ਆਉਣੀਆਂ। 2 ਮਹੀਨੇ ਪਹਿਲਾਂ ਸਾਡਾ ਇੱਕ ਗਾਣਾ ਰਿਲੀਜ਼ ਹੋਇਆ ਬੁੱਲਾ, ਆਪ ਨਹੀਂ ਸੀ ਨੱਚਿਆ, ਸਹੁੰ ਰੱਬ ਦੀ ਬੁੱਲੇ ਵਿੱਚ ਸੀ ਬੁੱਲੇ ਦਾ ਰੱਬ ਨੱਚਿਆ। ਔਰ ਰੀਸੈਂਟ ਸਾਡਾ 23 ਤਰੀਕ ਨੂੰ ਰਿਲੀਜ਼ ਹੋਇਆ ਅਰਦਾਸ, ਉਹ ਤਾਂ ਹਰ ਮਜ਼ਹਬ ਵਾਸਤੇ ਆ, ਹਰ ਧਰਮ ਵਾਸਤੇ ਆ। ਬੇਸਿਕਲੀ ਇੱਕ ਜੋਨਰ, ਸੂਫੀ ਜੋਨਰ ਨਹੀਂ ਹੁੰਦਾ, ਜਿਸ ਵਿੱਚ ਰੱਬ ਦਾ ਨਾਂ ਆ ਜਾਂਦਾ ਸੂਫੀ ਉਹ ਆਪਣੇ ਆਪ ਹੋ ਜਾਂਦਾ। ਸਰ, ਮੈਂ ਆਖਰ ਦੇ ਵਿੱਚ ਪੁੱਛਣਾ ਚਾਹਾਂਗਾ ਵੀ ਆਪਣਾ ਵਿਰਸਾ ਦੇ ਇਸ ਪ੍ਰੋਗਰਾਮ ਨੂੰ ਲਾਈਵ ਪੂਰੇ ਵਰਲਡ ਦੇ ਵਿੱਚ, ਚਾਹੇ ਉਹ UK ਹੈ, ਯੂਰਪ ਹੈ, ਚਾਹੇ USA, ਕੈਨੇਡਾ ਹੈ, ਹਰ ਕਮਿਊਨਿਟੀ ਜਿਹੜੀ ਹੈ ਉਹ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਰਹੀ ਹੈ, ਉਹਨਾਂ ਦੇ ਲਈ 2 ਸ਼ਬਦ ਤੁਸੀਂ ਕੀ ਕਹਿਣਾ ਚਾਹੋ? ਉਹਨਾਂ ਵਾਸਤੇ ਸਿਰਫ ਇਹੀ ਕਹਿਣਾ ਚਾਹਾਂਗਾ ਜੀ, ਆਪਣੇ ਮਾਂ ਪਿਓ ਦੀ ਰਿਸਪੈਕਟ ਕਰੋ। ਰੱਬ, ਜਿਨ੍ਹਾਂ ਨੇ ਮਾਂ ਪਿਓ ਨੂੰ ਰਾਜ਼ੀ ਕਰ ਲਿਆ, ਉਹਨਾਂ ਨੇ ਰੱਬ ਰਾਜ਼ੀ ਕਰ ਲਿਆ, ਅਤੇ ਸਾਰੇ ਜਣੇ ਇੱਦਾਂ ਹੀ ਜੁੜੇ ਰਹੋ ਚੈਨਲ ਦੇ ਨਾਲ ਵੀ। ਮੈਂ ਭਾਈ ਸਾਹਿਬ ਦਾ ਬਹੁਤ ਸ਼ੁਕਰੀਆ ਅਦਾ ਕਰਾਂਗਾ, ਆਪਣਾ ਵਿਰਸਾ ਚੈਨਲ ਦਾ ਬਹੁਤ ਸ਼ੁਕਰੀਆ ਅਦਾ ਕਰਦਾਂਗਾ, ਅਤੇ ਮੈਂ ਥੈਂਕਸ ਕਰਦਾ ਉਹਨਾਂ ਦਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇੱਥੇ ਆਏ ਹਾਂ ਇਸ ਟਰੱਸਟ ਦਾ। ਜੈ ਮਾਤਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੋਨੀ ਸੂਫੀ, ਤੁਸੀਂ ਦੇਖ ਰਹੇ ਹੋ ਆਪਣਾ ਵਿਰਸਾ ਚੈਨਲ। ਮੈਂ ਬਹੁਤ ਬਹੁਤ ਵਧਾਈ ਦਿੰਦਾ ਆਪਣੇ ਚੈਨਲ ਨੂੰ ਕਿ ਇੱਦਾਂ ਹੀ ਤਰੱਕੀ ਕਰਦੇ ਰਹਿਣ, ਇੱਦਾਂ ਹੀ ਬਹੁਤ ਖੂਬਸੂਰਤ ਪ੍ਰੋਗਰਾਮ ਦਿਖਾਉਂਦੇ ਰਹਿਣ। ਅੱਜ ਇਹ ਸ਼ੁਰੂਆਤ ਕਰ ਰਹੇ ਨੇ ਮਾਤਾ ਰਾਣੀ ਦੇ ਜਗਰਾਤੇ ਤੋਂ, ਇੱਦਾਂ ਹੀ ਬਹੁਤ ਸੋਹਣੇ ਸੋਹਣੇ ਤੁਹਾਡੇ ਵਾਸਤੇ ਪ੍ਰੋਗਰਾਮਸ ਲੈ ਕੇ ਆਉਣ, ਉਮੀਦ ਕਰਦੇ ਹਾਂ ਇੱਦਾਂ ਹੀ ਕਰਦੇ ਰਹਿਣਗੇ। ਜੈ ਮਾਤਾ ਦੀ, ਸਤਿ ਸ਼੍ਰੀ ਅਕਾਲ।